हां जी स्वागत है तोड़ा सारेना ਸਾਡੇ YouTube ਚੈਨਲ एग्जाम ਸਟੱਡੀ ਵਿਦ ਜੋਬ ਅਲਰਟ ਤੇ ਸੋ ਮਾਸਟਰ ਕਲੇਡਰ ਐਸਐਸਟੀ ਅਗਲਾ ਭਾਗ ਅਗਲੇ ਨਵੇਂ MCQ ਪ੍ਰਸ਼ਨ ਉੱਤਰ ਲੈ ਕੇ ਆਇਆ ਟੌਪਿਕ ਜਿਹੜਾ ਆਪਾਂ ਸਟਾਰਟ ਕਰਿਆ ਹੋਇਆ ਸੰਗੀ ਸੰਸਦ ਕੇਂਦਰੀ ਸੰਸਦ ਸੋ ਇਹਦੇ ਵਿੱਚ ਕਾਫੀ ਸਾਰੇ ਪ੍ਰਸ਼ਨ ਨੇ ਜਿਹੜੇ ਕਵਰ ਹੋਣਗੇ ਸੋ ਇਸ ਤੋਂ ਪਹਿਲਾਂ ਵਾਲੇ ਜਿਨ੍ਹਾਂ ਨੇ ਭਾਗ ਹਲੇ ਤੱਕ ਰੀਡ ਨਹੀਂ ਕੀਤੇ ਤਾਂ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਤੁਹਾਨੂੰ ਮਿਲ ਜਾਏਗਾ ਉੱਥੇ ਜਾ ਕੇ ਰੀਡ ਕਰ ਸਕਦੇ ਹੋ ਤਾਂ ਸਟਾਰਟ ਕਰਦੇ ਹਾਂ ਜੀ ਤਾਂ ਪ੍ਰਸ਼ਨ ਨੰਬਰ 348 ਤੋਂ ਸਟਾਰਟ ਕਰਾਂਗੇ ਰਾਜ ਸਭਾ ਦੇ 1/3 ਮੈਂਬਰ ਕਿੰਨੇ ਸਾਲਾਂ ਬਾਅਦ ਹੈ ਜਿਹੜੇ ਰਿਟਾਇਰ ਹੋ ਜਾਂਦੇ ਨੇ 1 ਸਾਲ ਬਾਅਦ 2 ਸਾਲ ਬਾਅਦ 5 ਸਾਲ ਬਾਅਦ ਜਾਂ ਫਿਰ 3 ਸਾਲ ਦੇ ਬਾਅਦ ਤਾਂ ਜੋ ਰਾਜ ਸਭਾ ਦੇ 1/3 ਮੈਂਬਰ ਹੁੰਦੇ ਨੇ ਤਾਂ ਇਹ 2 ਸਾਲ ਬਾਅਦ ਹੈ ਜਿਹੜੇ ਰਿਟਾਇਰ ਹੋ ਜਾਂਦੇ ਨੇ অপਸ਼ਨ ਆੜਾ ਰਾਈਟ ਆਨਸਰ ਆਏਗਾ ਵਰਤਮਾਨ ਸਮੇਂ ਰਾਜ ਸਭਾ ਦਾ ਉਪ ਪ੍ਰਧਾਨ ਕੌਣ ਹੈ ਪ੍ਰੈਜੈਂਟ ਟਾਈਮ ਹਰੀਵੰਸ ਨਾਰਾਇਣ ਸਿੰਘ ਰਾਮਨਾਥ ਕੋਬਿੰਦ ਵਕਨਈਆ 나ਡੂ ਜਾਂ ਠਾਕੁਰਜੰਤ ਤਾਂ ਵਰਤਮਾਨ ਸਮੇਂ ਰਾਜ ਸਭਾ ਦਾ ਜਿਹੜਾ ਉਪ ਪ੍ਰਧਾਨ ਹੈ ਹਰੀਵੰਸ ਨਰਾਇਣ ਸਿੰਘ ਹੈ অপਸ਼ਨ ਡਾ राइट ਆਨਸਰ ਆਏਗਾ ਸੰਸਦ ਦੇ ਮੈਂਬਰਾਂ ਨੂੰ ਪ੍ਰਤੀ ਮਹੀਨੇ ਕਿੰਨੀ ਤਨਖਾਹ ਜਿਹੜੀ ਦਿੱਤੀ ਜਾਂਦੀ ਹੈ ਜੋ ਸੰਸਦ ਮੈਂਬਰ ਨੇ ਤਾਂ ਇਹ ਦਿੱਤੀ ਜਾਂਦੀ ਹੈ ਜੀ অপਸ਼ਨ ਆੜਾ 1 ਲੱਖ ਰੁਪਇਆ ਜੋ ਸੰਸਦ ਸੰਸਦ ਮੈਂਬਰ ਨੇ ਤਾਂ ਪ੍ਰਤੀ ਮਹੀਨੇ ਉਹਨੂੰ ਜਿਹੜੀ 1 ਲੱਖ ਰੁਪਇਆ ਤਨਖਾਹ ਜਿਹੜੀ ਦਿੱਤੀ ਜਾਂਦੀ ਹੈ অপਸ਼ਨ ਆੜਾ ਦਾ ਰਾਈਟ ਆਨਸਰ ਆਏਗਾ ਅਗਲਾ ਪ੍ਰਸ਼ਨ ਹੈ ਜੇਕਰ ਲੋਕ ਸਭਾ ਅਤੇ ਰਾਜ ਸਭਾ ਦੇ ਵਿੱਚ ਕਿਸੇ ਸੁਧਾਰਨ ਬਿਲ ਦੇ ਸਬੰਧ ਵਿੱਚ મતਭੇਦ ਹੋ ਜਾਂਦਾ ਹੈ ਤਾਂ ਦੋਹਾਂ ਸਦਨਾਂ ਦਾ ਸਾਂਝਾ اجلاس ਕੌਣ ਬੁਲਾਏਗਾ ਰਾਸ਼ਟਰਪਤੀ ਉਪ ਰਾਸ਼ਟਰਪਤੀ ਸਪੀਕਰ ਜਾਂ ਫਿਰ ਡਿਪਟੀ ਸਪੀਕਰ ਤਾਂ ਇਹ اجلاس ਹੈ ਜਿਹੜਾ ਉਹ ਰਾਸ਼ਟਰਪਤੀ ਬੁਲਾਏਗਾ ਅਗਰ ਲੋਕ ਸਭਾ ਅਤੇ ਰਾਜ ਸਭਾ ਜਿਹੜੇ ਦੋ ਸਦਨ ਨੇ ਇਹਨਾਂ ਦੇ ਵਿੱਚ ਕਿਸੇ ਸੁਧਾਰਨ ਬਿਲ ਨੂੰ ਲੈ ਕੇ ਜਦ ਕਿਸੇ ਸਧਾਰਨ ਬਿੱਲ ਦੇ ਸਬੰਧ ਵਿੱਚ મતਭੇਦ ਹੋ ਜਾਂਦਾ ਹੈ ਤਾਂ ਦੋਹਾਂ ਸਦਨਾਂ ਲੋਕ ਸਭਾ ਅਤੇ ਰਾਜ ਸਭਾ ਇਹਨਾਂ ਦਾ ਸਾਂਝਾ اجلاس ਹੈ ਜਿਹੜਾ ਰਾਸ਼ਟਰਪਤੀ ਬੁਲਾਏਗਾ অপਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ ਦੋਹਾਂ ਸਦਨਾਂ ਦੇ ਸਾਂਝੇ اجلاس ਦੀ ਪ੍ਰਧਾਨਗੀ ਕੌਣ ਕਰੇਗਾ ਸੋ ਬੁਲਾਇਆਤਾ ਰਾਸ਼ਟਰਪਤੀ ਦੇ ਦੁਆਰਾ ਜਲਾਇ ਜਾਏਗਾ ਅਤੇ ਇਹਦੀ ਅੱਗੇ ਜਿਹੜੀ ਪ੍ਰਧਾਨਗੀ ਆ ਉਹ ਕੌਣ ਕਰੇਗਾ ਲੋਕ ਸਭਾ ਅਤੇ ਰਾਜ ਸਭਾ ਜੋ ਦੋਨੇ ਸਦਨ ਦਾ اجلاس ਜਿਹੜਾ ਬੁਲਾਇਆ ਜਾਏਗਾ ਇਨਦੀ ਜਿਹੜੀ ਪ੍ਰਧਾਨਗੀ ਹੈ ਉਹ ਲੋਕ ਸਭਾ ਦਾ ਸਪੀਕਰ ਕਰੇਗਾ অপਸ਼ਨ ਆੜਾ ਸਾਡਾ ਰਾਈਟ ਆਨਸਰ ਬਣੇਗਾ ਧਨ ਬਿਲ ਪਹਿਲਾ ਕਿਹੜੇ ਸਦਨ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਲੋਕ ਸਭਾ ਰਾਜ ਸਭਾ ਕਿਸੇ ਵੀ ਸਦਨ ਦੇ ਵਿੱਚ ਜਾਂ ਸਿਰਫ ਲੋਕ ਸਭਾ ਦੀ ਵਿੱਚ ਤਾਂ ਧਨ ਬਿਲ ਹੈ ਜਿਹੜਾ ਪਹਿਲਾ ਉਹ ਲੋਕ ਸਭਾ ਸਦਨ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ অপਸ਼ਨ ਉੜਾ ਰਾਈਟ ਆਨਸਰ ਆਏਗਾ ਰਾਜ ਸਭਾ ਨੇ ਕਿੰਨੇ ਦਿਨਾਂ ਦੇ ਅੰਦਰ ਅੰਦਰ ਧਨ ਬਿੱਲ ਸੰਬੰਧੀ ਆਪਣੀ ਪ੍ਰਵਾਨਗੀਆਂ ਜਿਹੜੀ ਉਹ ਦੇਣੀ ਹੁੰਦੀ ਹੈ 18 ਦਿਨ 14 ਦਿਨ 11 ਦਿਨ ਜਾਂ ਫਿਰ 21 ਦਿਨ ਤਾਂ ਜਿਹੜੀ ਰਾਜ ਸਭਾ ਹੈ ਤਾਂ ਇਸ ਨੇੜਾ ਧਨ ਧਨ ਬਿੱਲ ਦੇ ਸੰਬੰਧੀ ਆਪਣੀ ਪ੍ਰਵਾਨਗੀ ਹੈ ਉਹ 14 ਦਿਨਾਂ ਦੇ ਅੰਦਰ ਅੰਦਰ ਦੇਣੀ ਹੁੰਦੀ ਹੈ অপਸ਼ਨ ਅ ਡਾ ਰਾਈਟ ਆਨਸਰ ਆਏਗਾ ਕਿਹੜਾ ਸਦਨ ਉਹਨੂੰ ਛੇਦ 75 ਦੇ ਅਨੁਸਾਰ ਮੰਤਰੀ ਪਰਿਸ਼ਦ ਨੂੰ ਅਹੁਦੇ ਤੋਂ ਵਕਤ ਕਰ ਸਕਦਾ ਹੈ? ਉਹ ਕਿਹੜਾ ਸਦਨ ਹੈ? ਲੋਕ ਸਭਾ, ਰਾਜ ਸਭਾ, ਵਿਧਾਨ ਪਰਿਸ਼ਦ ਜਾਂ ਉਪਰੋਕਤ ਸਾਰੇ। ਤਾਂ ਇਹ ਸਦਨ ਹੈ ਜੀ ਲੋਕ ਸਭਾ ਜਿਹੜਾ ਉਹਨੂੰ ਛੇਦ 75 ਦੇ ਅਨੁਸਾਰ ਮੰਤਰੀ ਪਰਿਸ਼ਦ ਹੁੰਦੀ ਹੈ ਜਿਹੜੀ ਇਸ ਨੂੰ ਅਹੁਦੇ ਤੋਂ ਵਕਤ ਕਰ ਸਕਦਾ ਹੈ। ਅਗਲਾ ਪ੍ਰਸ਼ਨ ਹੈ ਉਪਰਾਸ਼ਟਰਪਤੀ ਦੇ ਵਿਰੁੱਧ ਇਲਜ਼ਾਮ ਕੇਸ ਸਾਧਨ ਦੇ ਵਿੱਚ ਲਗਾਇਆ ਜਾ ਸਕਦਾ ਹੈ ਰਾਜ ਸਭਾ ਲੋਕ ਸਭਾ ਰਾਜ ਵਿਧਾਨ ਸਭਾ ਜਾਂ ਫਿਰ ਵਿਧਾਨ ਪਰਿਸ਼ਦ ਤਾਂ ਉਪਰਾਸ਼ਟਰਪਤੀ ਦੇ ਵਿਰੁੱਧ ਜਿਹੜਾ ਇਲਜ਼ਾਮ ਹੈ ਉਹ ਰਾਜ ਸਭਾ ਸਦਨ ਦੇ ਵਿੱਚ ਹੈ ਜਿਹੜਾ ਲਗਾਇਆ ਜਾ ਸਕਦਾ ਹੈ ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ ਅਗਲਾ ਪ੍ਰਸ਼ਨ ਹੈ ਸੰਵਿਧਾਨਕ ਸੋਧ ਬਿੱਲ ਪਹਿਲਾਂ ਕਿਹੜੇ ਸਦਨ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਲੋਕ ਸਭਾ ਰਾਜ ਸਭਾ ਜਾਂ ਕਿਸੇ ਵੀ ਸਦਨ ਦੇ ਵਿੱਚ ਜਾਂ ਸਿਰਫ ਲੋਕ ਸਭਾ ਦੇ ਵਿੱਚ ਤਾਂ ਜੋ ਸੰਵਿਧਾਨਕ ਸੋਧ ਬਿੱਲ ਹੁੰਦਾ ਹੈ ਤਾਂ ਇਹ ਕਿਸੇ ਵੀ ਸਦਨ ਦੇ ਵਿੱਚ ਜਿਹੜਾ ਪੇਸ਼ ਕੀਤਾ ਜਾ ਸਕਦਾ ਹੈ ਆਪਸ਼ਨ ਈਡੀ ਸਾਡਾ ਰਾਈਟ ਆਨਸਰ ਆਏਗਾ ਸੋ ਨਾਲ ਦੇ ਨਾਲ ਕਮੈਂਟ ਜਰੂਰ ਕਰਦਿਆ ਕਰੋ ਅਤੇ ਵੀਡੀਓ ਨੂੰ ਅੱਗੇ ਜਰੂਰ ਸ਼ੇਅਰ ਕਰਦਿਆ ਕਰੋ ਅੱਗੇ ਰਾਜ ਸਭਾ ਦੀਆਂ ਵਿਸ਼ੇਸ਼ ਸ਼ਕਤੀਆਂ ਕਿਹੜੇ-ਕਿਹੜੀਆਂ ਨੇ ਸੋ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਉਪਰੋਕਤ ਸਾਰੇ ਜਿਆਦਾਤਰ ਜਿਹੜਾ ਰਾਈਟ ਆਨਸਰ ਆਉਣਾ ਹੁੰਦਾ ਹੈ ਤਾਂ ਇਹਦੇ ਵਿੱਚ ਵੀ ਉਪਰੋਕਤ ਸਾਰੇ ਰਾਈਟ ਆਨਸਰ ਆਏਗਾ ਕਿਹੜੀ-ਕਿਹੜੀਆਂ ਸ਼ਕਤੀਆਂ ਨੇ ਵਿਸ਼ੇਸ਼ ਸ਼ਕਤੀਆਂ ਰਾਜ ਸਭਾ ਦੀਆਂ ਉਪਰ ਰਾਸ਼ਟਰਪਤੀ ਨੋਹਦੇ ਤੋਂ ਵੱਖ ਕਰਨ ਸੰਬੰਧੀ ਪ੍ਰਸਤਾਵ ਪਹਿਲਾਂ ਰਾਜ ਸਭਾ ਦੇ ਵਿੱਚ ਹੀ ਪੇਸ਼ ਕੀਤਾ ਜਾਂਦਾ ਹੈ ਹਾਜ਼ਰ ਤੇ ਵੋਟ ਦੇਣ ਵਾਲੇ ਮੈਂਬਰਾਂ ਦੀ ਬਹੁ ਸੰਮਤੀ ਨਾਲ ਪ੍ਰਸਤਾਵ ਪਾਸ ਕਰਕੇ ਨਵੀਆਂ ਸਰਬ ਭਾਰਤੀ ਸੇਵਾਵਾਂ ਸਥਾਪਿਤ ਕਰ ਸਕਦਾ ਹੈ ਰਾਜ ਸਭਾ 2/3 ਬਹੁਮਤ ਨਾਲ ਪ੍ਰਸਤਾਵ ਪਾਸ ਕਰਕੇ ਰਾਜ ਸੂਚੀ ਸੰਬੰਧੀ ਕਾਨੂੰਨ ਬਣਾਉਣ ਦਾ ਅਧਿਕਾਰ ਸਬੰਧੀ ਜਿਹੜਾ ਸੰਸਦ ਨੂੰ ਹੈ ਉਹ ਦੇ ਸਕਦੀ ਹੈ ਤਾਂ ਉਪਰੋਕਤ ਸਾਰੇ ਸਾਡਾ ਰਾਈਟ ਆਨਸਰ ਆਏਗਾ ਅਗਲਾ ਪ੍ਰਸ਼ਨ ਹੈ ਰਾਜ ਸਭਾ ਸਬੰਧੀ ਕਿਹੜਾ ਕਥਨ ਹੈ ਜਿਹੜਾ ਉਹ ਗਲਤ ਹੈ ਰਾਸ਼ਟਰਪਤੀ ਰਾਜ ਸਭਾ ਦਾ ਪ੍ਰਧਾਨ ਹੁੰਦਾ ਹੈ ਇਹ ਇੱਕ ਸਥਾਈ ਸਦਨਾ ਹੈ ਰਾਜ ਸਭਾ ਦੇ 238 ਮੈਂਬਰ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਪ੍ਰਤੀਨਿਧਤਾ ਕਰਦੇ ਹਨ ਰਾਜ ਸਭਾ ਦੇ ਵਿੱਚ 12 ਮੈਂਬਰ ਰਾਸ਼ਟਰਪਤੀ ਦੁਆਰਾ ਨਾਮਜ਼ਦ ਕੀਤੇ ਜਾਂਦੇ ਨੇ ਸੋ ਗਲਤ ਕਥਨ ਜਿਹੜਾ ਦੱਸਣਾ ਹੈ ਉਹ ਆਪਸ਼ਨ ਊੜਾ ਹੈ ਰਾਸ਼ਟਰਪਤੀ ਰਾਜ ਸਭਾ ਦਾ ਪ੍ਰਧਾਨ ਹੁੰਦਾ ਹੈ ਤਾਂ ਇਹ ਕਥਨ ਹੈ ਜਿਹੜਾ ਇਹ ਰਾਜ ਸਭਾ ਦੇ ਸੰਬੰਧ ਵਿੱਚ ਗਲਤ ਹੈ ਆਪਸ਼ਨ ਊੜਾ ਆਨਸਰ ਬਣੇਗਾ ਕਿਹੜਾ ਕਥਨ ਰਾਜ ਸਭਾ ਸੰਬੰਧੀ ਸਹੀ ਹੈ ਤਾਂ ਉਹਨਾਂ ਵਿੱਚ ਸਹੀ ਕਥਨ ਦੱਸਣਾ ਤਾਂ ਉਪਰੋਕਤ ਸਾਰੇ ਕਥਨ ਸਹੀ ਨੇ ਇੱਕ ਤਿਹਾਈ ਮੈਂਬਰ ਹਰ 2 ਸਾਲ ਬਾਅਦ ਰਿਟਾਇਰ ਹੋ ਜਾਂਦੇ ਨੇ ਉੱਪਰ ਆਪਾ ਪੜ੍ਹ ਕੇ ਆਇਆ ਹਾਂ ਕਾਰਜਕਾਲ ਇਹਦਾ 6 ਸਾਲ ਦਾ ਹੁੰਦਾ ਹੈ। ਉਪਰਾਸ਼ਟਪਤੀ ਆਪਣੀ ਪਦਵੀ ਬਜੋਰਾ ਸਭਾ ਦਾ ਪ੍ਰਧਾਨ ਹੁੰਦਾ ਹੈ ਉਪਰੋਕਤ ਸਾਰੇ। ਰਾਸ਼ ਸਭਾ ਦੀਆਂ ਬੈਠਕਾਂ ਦੀ ਪ੍ਰਧਾਨਗੀ ਕੌਣ ਕਰਦਾ ਹੈ? ਪ੍ਰਧਾਨ ਮੰਤਰੀ, ਵਿਦੇਸ਼ ਮੰਤਰੀ, ਉਪਰਾਸ਼ਟਪਤੀ ਜਾਂ ਰਾਸ਼ਟਰਪਤੀ? ਤਾਂ ਹੁਣ ਹੁਣੇ ਆਪਾਂ ਇਹ ਲਾਈਨ ਦੇ ਵਿੱਚ ਕੁਐਸਚਨ ਕਰਕੇ ਆਂ। ਤਾਂ ਆਪਸ਼ਨ ਈ ਇੱਥੇ ਆਨ ਨਾਲ ਪੜਿਓ। ਤਾਂ ਇਹੀ ਇਹਦੇ ਵਿੱਚ ਆਂਸਰ ਬਣਦਾ ਹੈ। ਰਾਜ ਸਭਾ ਦੀਆਂ ਬੈਠਕਾਂ ਦੀ ਜਿਹੜੀ ਪ੍ਰਧਾਨਗੀ ਹੈ ਉਹ ਉਪਰਾਸ਼ਟਪਤੀ ਕਰਦਾ ਹੈ ਤਾਂ ਇੱਥੇ ਇਹਨਾਂ ਨੇ ਮੈਂਸ਼ਨ ਕੀਤਾ ਹੋਇਆ ਸੀ ਉਪਰਾਸ਼ਟਪਤੀ ਆਪਣੀ ਪਦਵੀ ਦੇ ਵਜੋਂ ਰਾਜ ਸਭਾ ਦਾ ਪ੍ਰਧਾਨ ਹੁੰਦਾ ਹੈ ਸੋ ਇੱਕੋ ਗੱਲ ਹੈ ਇਸੇ ਚੋਂ ਇਹ ਕੁਐਸਚਨ ਜਿਹੜਾ ਬਣਿਆ ਅਗਲਾ ਪ੍ਰਸ਼ਨ ਹੈ ਭਾਰਤੀ ਸੰਸਦ ਦਾ ਹੇਠਲਾ ਸਦਨ ਪ੍ਰਤੀਨਿਧੀ ਸਦਨ ਪਹਿਲਾਂ ਤੁਹਾਨੂੰ ਦੱਸਿਆ ਸੀ ਪ੍ਰਤੀਨਿਧੀ ਸਦਨ ਵੀ ਕਿਹਾ ਜਾਂਦਾ ਹੈ ਕਿਹੜਾ ਹੈ ਰਾਜ ਸਭਾ ਰਾਜ ਵਿਧਾਨ ਸਭਾ ਲੋਕ ਸਭਾ ਜਾਫਿਰ ਵਿਧਾਨ ਸਭਾ ਪਰਿਸ਼ਦ ਤਪਾਰਤੀ ਸੰਸਦ ਦਾ ਹੇਠਲਾ ਸਦਨ ਪ੍ਰਤੀਨਿਧੀ ਸਦਨ ਜਿਹੜਾ ਉਹ ਲੋਕ ਸਭਾ ਹੈ অপਸ਼ਨ E ਡੀ ਰਾਈਟ ਆਨਸਰ ਆਏਗਾ ਲੋਕ ਸਭਾ ਦੇ ਮੈਂਬਰਾਂ ਦੀ ਵੱਧ ਤੋਂ ਵੱਧ ਗਿਣਤੀ ਕਿੰਨੀ ਹੈ 552 550 540 ਜਾਂ 545 ਤਾਂ ਲੋਕ ਸਭਾ ਦੇ ਜੋ ਮੈਂਬਰ ਨੇ ਇਹਨਾਂ ਦੀ ਵੱਧ ਤੋਂ ਵੱਧ ਗਿਣਤੀ ਹੈ ਜਿਹੜੀ ਉਹ 552 ਹੈ অপਸ਼ਨ ਡਾ ਰਾਈਟ ਆਨਸਰ ਆਏਗਾ ਵਰਤਮਾਨ ਸਮੇਂ ਲੋਕ ਸਭਾ ਦੇ ਕੁੱਲ ਕਿੰਨੇ ਮੈਂਬਰ ਨੇ ਸੋ ਦੋਨੋਂ ਚ ਕੋਈ ਵੀ ਕੁਐਸਚਨ ਆ ਸਕਦਾ ਹੈ 552 550 540 ਜਾਂ ਫਿਰ 545 ਤਾਂ ਵਰਤਮਾਨ ਸਮੇਂ ਲੋਕ ਸਭਾ ਦੇ ਕੁੱਲ ਮੈਂਬਰ ਜਿਹੜੇ ਉਹ 545 ਨੇ ਆਪਸ਼ਨ ਸ ਸਹੀ ਅਨਸਰ ਆਏਗਾ ਲੋਕ ਸਭਾ ਦੇ ਮੈਂਬਰਾਂ ਦੀ ਗਿਣਤੀ ਬਾਰੇ ਕਿਹੜਾ ਕਥਨ ਹੈ ਜਿਹੜਾ ਸਹੀ ਹੈ 530 ਮੈਂਬਰ ਰਾਜਾਂ ਦੀ ਪ੍ਰਤੀਨਿਧਤਾ ਕਰਦੇ ਨੇ 20 ਮੈਂਬਰ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਪ੍ਰਤੀਨਿਧਤਾ ਕਰਦੇ ਨੇ ਦੋ ਮੈਂਬਰ ਐਗਲੋ ਇੰਡੀਅਨ ਰਾਸ਼ਟਰਪਤੀ ਨਾਮਜ਼ਦ ਕਰਦਾ ਹੈ ਜੋ ਉਪਰੋਕਤ ਸਾਰੇ ਤਾਂ ਇਹਦੇ ਵਿੱਚੋਂ ਉਪਰੋਕਤ ਸਾਰੇ ਰਾਈਟ ਆਨਸਰ ਆਏਗਾ ਇਹ ਤਿੰਨੋਂ ਕਥਨ ਜਿਹੜੇ ਉਹ ਸਹੀ ਨੇ ਲੋਕ ਸਭਾ ਦੇ ਮੈਂਬਰਾਂ ਦੀ ਗਿਣਤੀ ਦੇ ਬਾਰੇ ਤਾਂ ਆਪਸ਼ਨ ਸ ਸਾਡਾ ਰਾਈਟ ਆਨਸਰ ਆਏਗਾ ਲੋਕ ਸਭਾ ਵਿੱਚ ਨਾਮਜ਼ਦ ਮੈਂਬਰਾਂ ਦੀ ਗਿਣਤੀ ਕਿੰਨੀ ਹੈ 530 2 538 ਜਾਂ ਫਿਰ 55 ਤਾਂ ਲੋਕ ਸਭਾ ਦੇ ਵਿੱਚ ਨਾਮਜ਼ਦ ਮੈਂਬਰਾਂ ਦੀ ਗਿਣਤੀ ਹੈ ਜਿਹੜੀ ਉਹ 2 ਹੈ ਐਂਗਲੋ ਇੰਡੀਅਨ ਜੋ ਉੱਪਰ ਪਰਕੇ ਆਏ ਆਪਸ਼ਨ ਤੇ ਨੇ ਜ਼ਰੂਰ ਦੇਖਿਓ ਜੋ ਰਾਸ਼ਟਰਪਤੀ ਨਾਮਜ਼ਦ ਕਰਦਾ ਹੈ ਤਾਂ ਇਹਨਾਂ ਦੀ ਗਿਣਤੀ ਹੈ ਜਿਹੜੀ 2 ਹੈ ਅਤੇ ਰਾਸ਼ਟਰਪਤੀ ਦੇ ਦੁਆਰਾ ਇਹ ਨਾਮਜ਼ਦ ਹੈ ਜਿਹੜੇ ਕੀਤੇ ਜਾਂਦੇ ਆਂ ਵਰਤਮਾਨ ਸਮੇਂ ਲੋਕ ਸਭਾ ਦੀਆਂ ਸੀਟਾਂ ਦੀ ਵੰਡ ਕਿਸ ਪ੍ਰਕਾਰ ਹੈ 530 ਮੈਂਬਰ ਰਾਜਾਂ ਦੀ ਪ੍ਰਤੀਨਿਧਤਾ ਕਰਦੇ ਨੇ 13 ਮੈਂਬਰ ਕੇਂਦਰ ਸਸ਼ਸਤ ਪ੍ਰਦੇਸ਼ਾਂ ਦੀ ਪ੍ਰਤੀਨਿਤਾ 2 ਮੈਂਬਰ ਐਂਗਲੋ ਇੰਡੀਅਨ ਦਾ ਅਪਰੋਕਤ ਸਾਰੇ ਸੋ ਅਪਰੋਕਤ ਸਾਰੇ ਬਨੇਗਾ ਤਿੰਨੋਂ ਕਥਨ ਸਹੀ ਨਹੀਂ ਤਾਂ ਵਰਤਮਾਨ ਸਮੇਂ ਲੋਕ ਸਭਾ ਦੀ ਸੀਟਾਂ ਦੀ ਵੰਡ ਹੈ ਜਿਹੜੀ ਇਹ ਤਿੰਨੇ ਕਥਨ ਦੇ ਅਨੁਸਾਰ ਸਹੀ ਹੈ ਆਪਸ਼ਨ ਸ ਸਾਡਾ ਰਾਈਟ ਆਨਸਰ ਆਏਗਾ ਅਗਲਾ ਪ੍ਰਸ਼ਨ ਹੈ ਵਰਤਮਾਨ ਸਮੇਂ ਲੋਕ ਸਭਾ ਵਿੱਚ ਕੇਂਦਰੀ ਸਸ਼ਸਤ ਪ੍ਰਦੇਸ਼ ਦੇ ਕੁੱਲ ਕਿੰਨੇ ਮੈਂਬਰ ਨੇ 12 13 538 ਜਾਂ ਫਿਰ 52 ਤਾਂ ਇਹ ਨੇ ਜੀ કુલ 13 ਮੈਂਬਰ ਆਪਸ਼ਨ ਆਡਾ ਪੰਜਾਬ ਦੇ ਵਿੱਚ ਲੋਕ ਸਭਾ ਦੀਆਂ ਕਿੰਨੀਆਂ ਸੀਟਾਂ ਨੇ 11 12 13 ਜਾਂ ਫਿਰ 14 ਤਾਂ ਇਹ ਨੇ ਜੀ 13 ਸੀਟਾਂ ਲੋਕ ਸਭਾ ਦੀਆਂ 13 ਨੇ ਵਿਧਾਨ ਸਭਾ ਦੀਆਂ 117 ਨੇ ਰਾਜ ਸਭਾ ਦੀਆਂ 7 ਨੇ ਤਾਂ ਇਹ ਜ਼ਰੂਰ ਧਿਆਨ ਚ ਰੱਖਿਓ ਪੰਜਾਬ ਜੀ ਕੇ ਦੇ ਤੌਰ ਤੇ ਇਹ ਕੁਐਸਚਨ ਪੁੱਛ ਲਿਆ ਜਾਂਦਾ ਹੈ ਸੋ ਪੰਜਾਬ ਡੈਟ ਦੇ ਵਿੱਚ ਵੀ ਸੀਟਾਂ ਦੇ ਇੱਕ ਕੁਐਸਚਨ ਜਿਹੜਾ ਪੁੱਛਿਆ ਗਿਆ ਸੀ। ਲੋਕ ਸਭਾ ਵਿੱਚ ਸਭ ਤੋਂ ਵੱਧ ਸੀਟਾਂ ਕਿਸ ਰਾਜ ਨੂੰ ਦਿੱਤੀਆਂ ਗਈਆਂ ਨੇ? ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼ ਜਾਂ ਫਿਰ ਰਾਜਸਥਾਨ? ਤਾਂ ਲੋਕ ਸਭਾ ਦੇ ਵਿੱਚ ਸਭ ਤੋਂ ਵੱਧ ਸੀਟਾਂ ਨੇ ਜਿਹੜੀਆਂ ਉੱਤਰ ਪ੍ਰਦੇਸ਼ ਸਟੇਟ ਨੂੰ ਦਿੱਤੀਆਂ ਗਈਆਂ ਨੇ। ਆਪਸ਼ਨ ਉੜਾ ਸਾਡਾ ਰਾਈਟ ਆਨਸਰ ਆਏਗਾ। ਉੱਤਰ ਪ੍ਰਦੇਸ਼ ਨੂੰ ਲੋਕ ਸਭਾ ਵਿੱਚ ਕੁੱਲ ਕਿੰਨੀਆਂ ਸੀਟਾਂ ਪ੍ਰਾਪਤ ਨੇ? 80 75 73 ਜਾਂ ਫਿਰ 70 ਤਾਂ ਉੱਤਰ ਪ੍ਰਦੇਸ਼ ਸਟੇਟ ਦੇ ਵਿੱਚ ਲੋਕ ਸਭਾ ਦੇ ਵਿੱਚ ਕੁੱਲ ਜਿਹੜੀਆਂ ਸੀਟਾਂ ਨੇ ਉਹ 80 ਨੇ ਤਾਂ ਉਪਰ ਵੀ ਇਹ ਕੁਐਸਚਨ ਪੁੱਛਿਆ ਗਿਆ ਸੀ ਤਾਂ ਇੱਥੇ ਸਟੇਟ ਪੁੱਛੀ ਗਈ ਹੈ ਸਭ ਤੋਂ ਵੱਧ ਲੋਕ ਸਭਾ ਸੀਟਾਂ ਕਿਹੜੀ ਸਟੇਟ ਚ ਨੇ ਉੱਤਰ ਪ੍ਰਦੇਸ਼ ਤੇ ਗਿਣਤੀ ਚ ਪੁੱਛ ਲਿਆ ਵੀ ਕਿੰਨੀਆਂ ਨੇ ਤਾਂ 80 ਨੇ ਆਪਸ਼ਨ ਊੜਾ ਰਾਈਟ ਆਨਸਰ ਆਏਗਾ ਕੇਂਦਰੀ ਸ਼ਾਸਤ ਪ੍ਰਦੇਸ਼ ਦਿੱਲੀ ਨੂੰ ਲੋਕ ਸਭਾ ਵਿੱਚ ਕਿੰਨੀਆਂ ਸੀਟਾਂ ਪ੍ਰਾਪਤ ਨੇ 7 9 2 ਜਾਂ ਫਿਰ 5 ਤਾਂ ਦਿੱਲੀ ਨੂੰ ਲੋਕ ਸਭਾ ਦੇ ਵਿੱਚ ਜੋ ਕੇਂਦਰ ਸ਼ਾਸਤ ਪ੍ਰਦੇਸ਼ ਹੈ ਤਾਂ 7 ਸੀਟਾਂ ਨੇ ਲੋਕ ਸਭਾ ਦਾ ਮੈਂਬਰ ਬਣਨ ਲਈ ਘੱਟੋ ਘੱਟ ਉਮਰ ਕਿੰਨੀ ਹੋਣੀ ਚਾਹੀਦੀ ਹੈ 25 ਸਾਲ 20 ਸਾਲ 35 ਸਾਲ ਜਾਂ ਫਿਰ 28 ਸਾਲ ਤਾਂ ਲੋਕ ਸਭਾ ਦਾ ਮੈਂਬਰ ਬਣਨ ਲਈ ਘੱਟੋ ਘੱਟ ਉਮਰ ਹੈ ਜਿਹੜੀ ਉਹ 25 ਸਾਲ ਹੋਣੀ ਚਾਹੀਦੀ ਹੈ অপশন উডা ਸਾਡਾ রাইট ਆਂਸਰ ਆਏਗਾ। ਲੋਕ ਸਭਾ ਦੇ ਮੈਂਬਰ ਬਣਨ ਲਈ ਯੋਗਤਾਵਾਂ ਕਿਹੜੇ-ਕਿਹੜੇ ਹੋਣ ਚਾਹੀਦੇ ਨੇ? ਉਹ ਭਾਰਤ ਦਾ ਨਾਗਰਿਕ ਹੋਵੇ। ਉਸ ਦੀ ਉਮਰ ਘੱਟੋ-ਘੱਟ 25 ਸਾਲ ਹੋਵੇ। ਉਹ ਕਿਸੇ ਲਾਭਕਾਰੀ ਪਦ ਤੇ ਨਾ ਲੱਗਾ ਹੋਵੇ। ਉਪਰੋਕਤ ਸਾਰੇ। ਤਾਂ ਉਪਰੋਕਤ ਸਾਰੇ ਸਾਡਾ ਜਿਹੜਾ রাইਟ ਆਂਸਰ ਆਏਗਾ। অপশন ਸਸਾ। ਅਗਲਾ ਪ੍ਰਸ਼ਨ ਹੈ ਭਾਰਤ ਵਿੱਚ ਪਹਿਲੀਆਂ ਆਮ ਚੋਣਾਂ ਕਦੋਂ ਹੋਈਆਂ ਸੀ ਜਿਹੜੇ ਇਅਰ ਦੇ ਵਿੱਚ ਹੋਈਆਂ ਸੀ 1951-52 1952-53 1950-51 ਜਾਂ 1961-62 ਤਾਂ ਭਾਰਤ ਦੇ ਵਿੱਚ ਪਹਿਲੀਆਂ ਆਮ ਚੋਣਾਂ ਸੀ ਜਿਹੜੀਆਂ 1951-1952 ਦੇ ਵਿੱਚ ਹੋਈਆਂ ਸੀ 옵ਸ਼ਨ ਉਡਾ ਸਾਡਾ ਰਾਈਟ ਆਨਸਰ ਆਏਗਾ 17ਵੀਂ ਲੋਕ ਸਭਾ ਦੀਆਂ ਚੋਣਾਂ ਕਦੋਂ ਹੋਈਆਂ ਸੀ 2018 2017 2014 ਜਾਂ ਫਿਰ 2019 17ਵੀਂ ਲੋਕ ਸਭਾ ਦੀਆਂ ਚੋਣਾਂ ਸੀ ਜਿਹੜੀਆਂ 2019 ਦੇ ਵਿੱਚ ਹੋਈਆਂ ਸੀ ਆਪਸ਼ਨ ਸ ਸਾਡਾ ਰਾਈਟ ਆਨਸਰ ਆਏਗਾ ਅਗਲਾ ਪ੍ਰਸ਼ਨ ਹੈ 17ਵੀਂ ਲੋਕ ਸਭਾ ਦੀਆਂ ਚੋਣਾਂ ਦੇ ਨਤੀਜੇ ਦਾ ਐਲਾਨ ਕਦੋਂ ਹੋਇਆ ਸੀ ਜੋ 2019 ਦੇ ਵਿੱਚ ਹੋਈਆਂ ਸੀ 23 ਮਾਰਚ 11 ਮਾਰਚ 11 ਮਈ ਜਾਂ ਫਿਰ 23 ਮਈ ਨੂੰ ਤਾਂ 17ਵੀਂ ਲੋਕ ਸਭਾ ਦੀਆਂ ਚੋਣਾਂ ਦੇ ਜੋ ਨਤੀਜੇ ਸੀ ਇਹਨਾਂ ਦਾ ਐਲਾਨ ਸੀ ਜਿਹੜਾ ਉਹ 23 ਮਈ ਨੂੰ ਹੋਇਆ ਸੀਗਾ ਆਪਸ਼ਨ ਸ ਰਾਈਟ ਆਨਸਰ ਆਏਗਾ 17ਵੀਂ ਲੋਕ ਸਭਾ ਦੀਆਂ ਚੋਣਾਂ ਸਨ 2019 ਦੇ ਵਿੱਚ ਕਦੋਂ ਤੋਂ ਕਦੋਂ ਤੱਕ ਚੱਲੀਆਂ ਸੀ ਤਾਂ ਇਹ ਤਿੰਨ ਕੁਐਸਚਨ ਬਣਦੇ ਆ ਕਿੰਨਾ ਚੋ ਕੋਈ ਵੀ ਪੁੱਛਿਆ ਜਾ ਸਕਦਾ ਹੈ 11 April ਤੋਂ 19 May ਤੱਕ 11 March ਤੋਂ 19 May ਤੱਕ 11 April ਤੋਂ 19 April ਜਾਂ 11 March ਤੋਂ 19 April ਸੋ ਤੇ ਹੀ ਮਾਰਚ ਤੇ ਮਈ ਨੂੰ ਆ ਜਿਹੜਾ ਉਹ ਨਤੀਜੇ ਆਗੇ ਸੀ ਆਪਾਂ ਪਹਿਲਾਂ ਇਹ ਕੁਐਸਚਨ ਕਰਕੇ ਆਇਆ ਤਾਂ ਇਥੋਂ ਹੀ ਅੰਦਾਜ਼ਾ ਤੁਸੀਂ ਜਿਹੜਾ ਆਨਸਰ ਦਾ ਲਗਾ ਸਕਦੇ ਹੋ ਤਾਂ 17ਵੀਂ ਲੋਕ ਸਭਾ ਦੀਆਂ ਚੋਣਾਂ 2019 ਦੇ ਵਿੱਚ 11 April ਤੋਂ 19 May ਤੱਕ ਚਲੀਆਂ ਸੀ ਹੋਈਆਂ ਸੀਗੀਆਂ VOTING ਹੋਈ ਸੀ অপਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ ਲੋਕ ਸਭਾ ਦਾ ਸਭ ਤੋਂ ਪਹਿਲਾ ਸਪੀਕਰ ਕੌਣ ਸੀ ਮਾਸਟਰ ਕੇਡਰ 3582 ਦੇ ਵਿੱਚ ਕੁਐਸਚਨ ਆਇਆ ਹੋਇਆ ਜੀ ਵੀ ਮਬਲੰਕਰ Jawaharlal Nehru مولانا ਆਬਲ ਕਲਾਮ ਆਜ਼ਾਦ ਤੇ ਡਾਕਟਰ ਰਜਿੰਦਰ ਪ੍ਰਸਾਦ ਤਾਂ ਲੋਕ ਸਭਾ ਦਾ ਸਭ ਤੋਂ ਪਹਿਲਾ ਸਪੀਕਰ ਸੀ ਜਿਹੜਾ ਜੀਬੀ ਮੌਲੰਕਰ ਸੀਗਾ অপশন ਊੜਾ ਸਾਡਾ ਰਾਈਟ ਆਨਸਰ ਆਏਗਾ 17ਵੀਂ ਲੋਕ ਸਭਾ ਤੋਂ ਬਾਅਦ ਲੋਕ ਸਭਾ ਦਾ ਵਰਤਮਾਨ ਸਪੀਕਰ ਕੌਣ ਹੈ ਤਾਂ ਇੱਥੇ ਚੋਣਾ ਸੀ ਵਰਤਮਾਨ ਸਪੀਕਰ ਪੁੱਛਿਆ ਗਿਆ ਓਮ ਮਿਰਲਾ ਕਮਲਨਾਥ ਸੁਮੇਤਰਾ ਮਹਾਜਨ ਜਾਂ ਪ੍ਰਗਤ ਵਿੱਚੋਂ ਕੋਈ ਨਹੀਂ ਤਾਂ 17ਵੀਂ ਲੋਕ ਸਭਾ ਤੋਂ ਬਾਅਦ ਜਿਹੜਾ ਲੋਕ ਸਭਾ ਦਾ ਵਰਤਮਾਨ ਸਪੀਕਰ ਹੈ ਉਹ ਓਮ ਮਿਰਲਾ ਹੈ ਆਪਸ਼ਨ ਉਡਾ ਸਾਡਾ ਰਾਈਟ ਆਨਸਰ ਆਏਗਾ ਸੋ ਦੋਸਤੋ ਇਹ ਅਗਲੇ ਭਾਗ ਦੇ ਅਗਲੇ ਇਸ ਟਾਪਿਕ ਦੇ ਨਾਲ ਸੰਬੰਧਿਤ ਐਮਸੀਕਿਊ ਪ੍ਰਸ਼ਨ ਉੱਤਰ ਸੀ ਕੰਟੀਨਿਊ ਤੁਹਾਨੂੰ ਵੀਡੀਓ ਜਿਹੜੀ ਪ੍ਰੋਵਾਈਡ ਕਰਦੇ ਰਹਾਂਗੇ ਸੋ 3 ਵਜੇ ਇਹ ਵੀਡੀਓ ਹੋਇਆ ਕਰੇਗੀ ਇੱਕ ਦਿਨ ਹਿਸਟਰੀ ਇੱਕ ਦਿਨ ਐਸਐਸਟੀ ਸੋ ਹੁਣ ਇਸ ਤਰ੍ਹਾਂ ਕਲਾਸ ਜਿਹੜੀ ਚੱਲੇਗੀ ਕਿਉਂਕਿ 10 ਵਜੇ ਟਾਈਮ ਆਲ ਜਿਹੜਾ ਰਿਸਪੌਂਸ ਹੈ ਜਿਹੜਾ ਉਹ ਬਹੁਤ ਘੱਟ ਹੈ ਆਡੀਅנס ਦਾ ਇਸ ਕਰਕੇ ਇੱਕ ਦਿਨ ਚ ਇੱਕ ਵੀਡੀਓ ਹੋਇਆ ਕਰੇਗੀ ਇੱਕ ਦਿਨ ਐਸਐਸਟੀ ਹੋਇਆ ਕਰੇਗੀ ਇੱਕ ਦਿਨ ਹਿਸਟਰੀ ਸੋ ਤੁਹਾਨੂੰ ਇਸੇ ਤਰ੍ਹਾਂ 3 ਵਜੇ ਇਹ ਵੀਡੀਓਜ਼ ਜਿਹੜੀ ਉਹ ਪ੍ਰੋਵਾਈਡ ਕਰਿਆ ਕਰਾਂਗੇ ਸੋ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਬਾਕੀ ਜੋ ਵੀ ਤੁਹਾਡਾ ਸਵਾਲ ਜਵਾਬ ਇੰਸਟਾਗ੍ਰam ਪੇਜ ਤੇ ਪੁੱਛ ਸਕਦੇ ਹੋ ਸਾਰੇ ਲਿੰਕ ਤੁਹਾਨੂੰ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਣਗੇ ਸੋ ਮਿਲਦੇ ਆਂ ਜੀ ਅਗਲੇ ਭਾਗ ਵਿੱਚ ਅਗਲੇ ਨਵੇਂ MCQ ਪ੍ਰਸ਼ਨ ਉਤਰਾ ਨਾਲ ਉਹ ਤੱਕ ਲਈ ਧੰਨਵਾਦ